ਚਲਦੇ ਆਂ ਸੀ ਡਰਾਮੇ ਵੱਲ ਡਰਾਮੇ ਦਾ ਨਾਮ ਹੈ ਮੈਂ ਮਾਂ ਨਹੀਂ ਸਾਸੂ ਐ ਸੁਲਮਾਨ ਹੈ ਤੇ ਸ਼ਾਇਸਾ ਦਾ ਬੇਟਾ ਲੇਕਿਨ ਇਨ ਪਾਲਿਆ ਪੋਸਿਆ ਮਹਿਰੀਨ ਨੇ ਤੇ ਮਹਿਰੀਨ ਨੂੰ ਹੀ ਆਪਣੀ ਮਾਂ ਸਮਝਦੀ ਸ਼ਾਇਸਾ ਸੁਲਮਾਨ ਦੀ ਮਾਂ ਹੈ ਲੇਕਿਨ ਉਹ ਕਦੀ ਵੀ ਨਹੀਂ ਚਾਹਦੀ ਕਿ ਮਹਿਰੀਨ ਵੀ ਮਾਂ ਬਣੇ ਅਮਾ ਜੀ ਬਹੁਤ ਖੁਸ਼ ਨੇ ਕਿ ਮਹਿਰੀਨ ਦੇ ਘਰ 6 ਸਾਲ ਬਾਅਦ ਉਲਾਦ ਪੈਦਾ ਹੋ ਰਹੀ ਹੈ ਤੇ ਇਸ ਵਾਸਤੇ ਉਹ ਸਤਕਾ ਦਿੰਦੇ ਸ਼ਾਇਸਾ ਐਸਾ ਕੁਝ ਦੇਖ ਕੇ ਅਗਬਗੁਲਾ ਹੋ ਜਾਂਦੀ ਹੈ ਪਰ ਸ਼ਾਇਸਾ ਦਾ ਹਸਦ ਮਹਿਰੀਨ ਤੇ ਪੈ ਹੀ ਜਾਂਦਾ ਹੈ ਤੇ ਉਹ ਮਾਂ ਤੇ ਬਣ ਜਾਂਦੀ ਹੈ ਲੇਕਿਨ ਜ਼ਿੰਦਗੀ ਭਰ ਵਾਸਤੇ ਮਾਂ ਬਣਨ ਤੋਂ ਮਹਿਰੂਮ ਹੋ ਜਾਂਦੀ ਹੈ ਮਹਿਰੀਨ ਤੇ ਸੁਲਮਾਨ ਨਾਲ ਬਹੁਤ ਪਿਆਰ ਕਰਦੀ ਹੈ ਮਹਿਰੀਨ ਦੀ ਬੇਟੀ ਦਾ ਨਾਮ ਅਰੀਜ ਹੈ ਇੱਕ ਹਾਦਸੇ ਦੇ ਵਿੱਚ ਮਹਿਰੀਨ ਆਪਣੀ ਬੇਟੀ ਅਰੀਜ ਨੂੰ ਖੋ ਦਿੰਦੀ ਹੈ ਉਸੇ ਹਾਦਸੇ ਦੇ ਵਿੱਚ ਉਹਦੇ ਸ਼ੋਹਰ ਵਕਾਰ ਦਾ ਵੀ ਇੰਤਕਾਲ ਹੋ ਜਾਂਦਾ ਹੈ ਧਾਮਾ ਜੀ ਜਵਾਨ ਪੁੱਤ ਦੀ ਮੌਤ ਦੇ ਤੇ ਬਹੁਤ ਜ਼ਿਆਦਾ ਅਫਸੁਰਦਾ ਨੇ ਮਹਿਰੀਨ ਦੀ ਜ਼ہنی ਹਾਲਤ ਦੇਖ ਕੇ ਵੀ ਦਿਲ ਬਰਦਾਸ਼ਤਦਾ ਹੈ ਲੇਕਿਨ ਛਾਇਸਾ ਬਹੁਤ ਖੁਸ਼ ਹੈ ਕਿ ਜੋ ਚਾਹਦੀ ਸੀ ਉਹੀ ਹੋਇਆ ਧਾਮਾ ਜੀ ਮਹਿਰੀਨ ਦੀ ਜ਼ہنی ਹਾਲਤ ਦੇਖ ਕੇ ਕਹਿੰਦੇ ਨੇ ਕਿ ਸੁਲਮਾਨ ਨੂੰ ਤੇ ਪਹਿਲੇ ਸਿਰਫ ਮਹਿਰੀਨ ਕਹਿੰਦੀ ਸੀ ਕਿ ਉਹਦਾ ਬੇਟਾ ਹੈ ਹੁਣ ਅਸੀਂ ਕਹਾਂਗੇ ਕਿ ਸੁਲਮਾਨ ਮਹਿਰੀਨ ਦਾ ਬੇਟਾ ਹੈ ਅਮਾਜੀ ਦੇ ਇਸ ਫੈਸਲੇ ਨੂੰ ਸਾਰੇ ਹੀ ਕਬੂਲ ਕਰਦੇ ਨੇ ਸੋ ਅਮਾਜੀ ਦੇ ਫੈਸਲੇ ਦੇ ਉੱਤੇ ਸ਼ਾਇਸਾ ਨੂੰ ਵੀ ਕੋਈ ਇਤਰਾਜ਼ ਨਹੀਂ ਹੋਇਆ ਕਿਉਂਕਿ ਸ਼ਾਇਸਾ ਸਿਰ ਇਹ ਹੀ ਜਾਣਦੀ ਸੀ ਕਿ ਉਹਦਾ ਪੁੱਤ ਹੀ ਪੂਰੀ ਜ਼ਮੀਨ ਤੇ ਜਿਦਾਦ ਦਾ ਵਾਰਿਸ ਬਣੇ ਇਹ ਡਰਾਮਾ ਹਰ ਪਲ ਜਿਉਤੇ ਕੱਲ ਤੋਂ ਡੇਲੀ ਨਸ਼ਰ ਕੀਤਾ ਜਾਏਗਾ 나ਜ਼ਰ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰਾ ਪੰਜਾਬੀ ਰੂਪ ਅੱਛਾ ਲੱਗੇਗਾ ਅਗਰ ਤੁਹਾਨੂੰ ਮੇਰਾ ਪੰਜਾਬੀ ਰੂਪ ਅੱਛਾ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜੰਦ ਜੰਦੇ ਘੰਟੀ ਦਾ ਬਟਨ ਜ਼ਰੂਰ ਦਬਿਓ